ਜੀ ਅਸਲਾਮ ਅਲੈਕੁਮ ਵਿਊਅਰਸ, ਅਤੇ ਮੈਂ ਇੱਕ ਜਗ੍ਹਾ ਆਇਆ ਅਤੇ ਮੈਨੂੰ ਇਹ ਪਲੇਸ ਬੜੀ ਅੱਛੀ ਲੱਗੀ ਹੈ, ਲੇਕਿਨ ਕਾਫੀ ਇੱਥੇ ਰਸ਼ ਹੈ ਅਤੇ ਪਤਾ ਨਹੀਂ ਪਰਮਿਸ਼ਨ ਦੇਣਗੇ ਕਿ ਨਹੀਂ ਮੈਨੂੰ ਵੀਡੀਓ ਬਣਾਉਣ ਦੀ। ਅਤੇ ਮੈਂ ਕਿਹਾ ਹੀ ਹੈ ਕਿ ਗੱਡੀ ਦੇ ਵਿੱਚ ਬੈਠ ਕੇ ਥੋੜ੍ਹਾ ਜਿਹਾ ਤੁਹਾਨੂੰ ਆਈਡੀਆ ਦੇਣਾ ਕਿ ਇਹਨਾਂ ਨੇ ਬਿਜ਼ਨਸ ਦੇਖੋ ਕੈਸਾ ਸਟਾਰਟ ਕੀਤਾ ਦਾ। ਕੈਰਾਵੈਨ ਕਾਫੀ ਸ਼ਾਪ ਬਣਾਈ ਦੀ ਇਹਨਾਂ ਨੇ, ਅਤੇ ਬਹੁਤ ਅੱਛਾ ਵਿਊ ਹੈ, ਬਹੁਤ ਅੱਛਾ ਸਾਰਾ ਸਿਸਟਮ ਇਹਨਾਂ ਨੇ ਅੰਦਰ ਉਹਦੇ ਸੈਟਅਪ ਕੀਤਾ ਦਾ। ਅਤੇ ਮੈਂ ਤੁਹਾਨੂੰ ਸਿਰਫ ਦਿਖਾਉਣਾ ਇੱਕ ਮਿੰਟ ਤੱਕ ਜੀ। ਇਹ ਨਾਲ ਮੈਂ ਆਪਣੇ ਥੋੜ੍ਹਾ ਜਿਹਾ ਐਡ ਕੀਤਾ ਆਪਣੀ ਗੱਡੀ, ਅਤੇ ਮੈਂ ਆ ਰਿਹਾ ਥਾ ਕਾਰ ਪਾਰਕਿੰਗ ਦੇ ਵਿੱਚ, ਅਤੇ ਮੇਰਾ ਜਿਹੜਾ ਡੈਸ਼ ਕੈਮ ਲੱਗਾ ਤਾ ਮੈਂ ਉਹਦੇ ਤੋਂ ਵੀ ਥੋੜ੍ਹਾ ਜਿਹਾ ਵੀਡੀਓ ਤੁਹਾਨੂੰ ਨਾਲ ਸੈਂਡ ਕਰਦਾ, ਤਾਂ ਕਿ ਤੁਹਾਨੂੰ ਆਈਡੀਆ ਵੀ ਹੋ ਜਾਏ ਕਿ ਕਿੱਥੇ ਮੈਂ ਆਇਆ ਥਾ, ਕਿਸ ਕਿਸਮ ਦੀ ਇਹ ਸਰ ਬਣੀ ਦੀ ਹੈ। ਕਾਫੀ ਸ਼ਾਪ ਤਾਂ ਦੇਖੋ ਕਾਫੀ ਲੋਕ ਨੇ, ਇੱਥੇ ਕਿਊ ਲੱਗੀ ਦੀ ਹੈ ਕਰੋਨਾ ਦਾ ਕਰਕੇ, ਅਤੇ ਇਹਨਾਂ ਨੇ ਇੱਥੇ ਜਿਹੜੀ ਉਹ ਕਾਫੀ ਸ਼ਾਪ ਬਣਾਈ ਦੀ ਹੈ ਜਿਹਨੂੰ ਕਿਸੇ ਪਾਸੇ ਵੀ ਲਗਾ ਸਕਦੇ ਨੇ, ਅਤੇ ਵੈਨ ਦੇ ਨਾਲ ਲਗਾ ਕੇ ਅਤੇ ਸਭ ਕੁਛ ਆਪਣਾ ਸਿਸਟਮ ਅੰਦਰ ਬਹੁਤ ਅੱਛਾ ਰੱਖਿਆ ਦਾ। ਅਤੇ ਮੈਂ ਤਾਂ ਕਰਕੇ ਇੱਥੇ ਛੋਟੇ ਛੋਟੇ ਕਲਿੱਪ ਬਣਾ ਕੇ ਲਗਾ ਦਿੱਤੇ ਨੇ, ਤਾਂ ਕਿ ਤੁਹਾਨੂੰ ਥੋੜ੍ਹੀ ਆਸਾਨੀ ਵੀ ਹੋ ਜਾਏ ਐਕਸਪਲੇਨ ਕਰਨ ਦੇ ਵਿੱਚ। ਇਹ ਕਾਫੀ ਸ਼ਾਪ ਹੈ ਕਾਰਨਰ 'ਤੇ, ਅਤੇ ਇੱਦਾਂ ਮੈਂ ਨਿਕਲਦਿਆਂ ਵੀ ਤੁਹਾਨੂੰ ਐਂਡ ਉੱਤੇ ਛੋਟਾ ਜਿਹਾ ਕਲਿੱਪ ਹੈ, ਉਹਦੇ ਤੋਂ ਵੀ ਤੁਹਾਨੂੰ ਸਹੀ ਤਰ੍ਹਾਂ ਦਾ ਵਿਊ ਥੋੜ੍ਹਾ ਜਿਹਾ ਨਜ਼ਰ ਆ ਜਾਏਗਾ, ਅਤੇ ਉਹ ਵੀ ਇਨਸ਼ਾਅੱਲਾ ਮੈਂ ਇਸ ਵੀਡੀਓ ਦੇ ਵਿੱਚ ਲਗਾ ਦਾਂਗਾ। ਅਤੇ ਥੈਂਕ ਯੂ ਸਰ, ਵੇਖੋ ਇਸ ਚੈਨਲ ਨੂੰ ਨਾਲ ਸਬਸਕ੍ਰਾਈਬ ਵੀ ਕਰੋ, ਲਾਈਕ ਵੀ ਕਰੋ ਅਤੇ ਸ਼ੇਅਰ ਵੀ ਕਰੋ ਪਲੀਜ਼। ਅਤੇ ਅੱਗੋਂ ਹੁਣ ਮੈਂ ਜਿਹੜੀ ਆਪੀ ਬਣਾਈ ਸੀ ਬਾਅਦ ਵਿੱਚ ਉਹ ਵੀ ਇਹਦੇ ਵਿੱਚ ਮੈਂ ਐਡ ਕਰਨਾ ਵਾ। ਥੈਂਕ ਯੂ। ਤੁਹਾਨੂੰ ਇਹ ਸਾਰਾ ਦਿਖਾਉਣਾ ਸ਼ੁਰੂ ਕਰਨਾ, ਇਹਨਾਂ ਦੀ ਬਾਹਰ ਦੀ ਸਪੇਸ ਹੈ ਜਿੱਥੇ ਸਭ ਖੜ੍ਹੇ ਨੇ, ਸਾਰੇ ਲੋਕ ਜਿਹੜੇ ਨੇ ਆਏ ਦੇ ਨੇ ਇੱਥੇ, ਇਹਨਾਂ ਦੇ ਕਸਟਮਰ ਨੇ ਆ ਸਾਰੇ। ਅਤੇ ਇਹ ਕਿਸੇ ਪੱਬ ਦੇ ਬਾਹਰ ਹੈ, ਅਤੇ ਪੱਬ ਦੇ ਬਾਹਰ ਸਪੀਕਰ ਕਲੋਨੀ ਕਨਾਲੀ ਪੱਬ ਹੈ, ਅਤੇ ਉਹਦੇ ਕੋਲ ਇਹ ਵਾਲੀ ਕਾਫੀ ਸ਼ਾਪ ਇਹਨਾਂ ਨੇ ਬਣਾਈ ਦੀ ਹੈ। ਬੜਾ ਅੱਛਾ ਸਿਸਟਮ ਹੈ ਇਹਦੇ ਅੰਦਰ, ਸਾਰੀ ਚਾਕਲੇਟਾਂ ਕਾਫੀ ਵਗੈਰਾ ਆਈਸਕ੍ਰੀਮ ਸੈਂਡਵਿਚ ਵਗੈਰਾ ਸਾਰਾ ਕੁਛ ਇਹਨਾਂ ਨੇ ਰੱਖਿਆ ਦਾ। ਅਤੇ ਇਹਦੇ ਵਾਸਤੇ ਮੈਂ ਸਿਰਫ ਤੁਹਾਡੇ ਕੋਲ ਆਇਆ ਸਾਂ ਕਿ ਮੈਂ ਤੁਹਾਨੂੰ ਇਹ ਦਿਖਾਵਾਂ ਇਹਨਾਂ ਦੇ ਘਰ। ਇਹ ਸਿਰਫ ਮੈਂ ਆਈਡੀਆ ਦੇਣ ਆਇਆ ਸਾਂ ਕਿ ਬਿਜ਼ਨਸ ਇਸ ਤਰ੍ਹਾਂ ਵੀ ਹੋ ਸਕਦਾ, ਲੋਕ ਇਸ ਤਰ੍ਹਾਂ ਕੈਰਾਵੈਨ ਨੇ ਇਹਨੂੰ ਗੱਡੀ ਦੇ ਨਾਲ ਬੰਨ ਕੇ ਕਿਸੇ ਪਾਸੇ ਵੀ ਆਪਣੇ ਲੈ ਜਾਂਦੇ ਨੇ, ਜਿੱਥੇ ਉਹਨਾਂ ਨੂੰ ਅੱਛੀ ਪਲੇਸ ਹੋਏ, ਕਿਸੇ ਪਾਰਕ ਦੇ ਕੋਲ ਵੀ ਤੁਸੀਂ ਲਗਾ ਸਕਦੇ ਹੋ, ਸਕੂਲ ਦੇ ਬਾਹਰ ਲਗਾ ਸਕਦੇ ਹੋ, ਕਿਸੇ ਸ਼ਾਪਿੰਗ ਪਲੇਸ ਦੇ ਬਾਹਰ ਤੁਸੀਂ ਲਗਾ ਸਕਦੇ। ਇੱਥੇ ਪਰਮਿਸ਼ਨ ਚਾਹੀਦੀ ਹੁੰਦੀ ਹੈ, ਲੇਕਿਨ ਪਾਕਿਸਤਾਨ ਤੁਹਾਨੂੰ ਪਤਾ ਕਿਸੇ ਪਾਸੇ ਵੀ ਇੰਡੀਆ ਦੇ ਵਿੱਚ ਤੁਸੀਂ ਇਹ ਕੰਮ ਕਰ ਸਕਦੇ ਹੋ, ਕਿਸੇ ਵੀ ਜਾ ਕੇ ਜਗ੍ਹਾ ਖੜੀ ਕਰ ਸਕਦੇ ਹੋ। ਅਤੇ ਬਹੁਤ ਅੱਛਾ ਬਿਜ਼ਨਸ ਹੈ, ਇਹਦੇ 'ਤੇ ਥੋੜ੍ਹਾ ਜਿਹਾ ਗੌਰ ਕਰਿਓ। ਅਤੇ ਓਕੇ ਸਰ, ਦੁਆਵਾਂ ਦੇ ਵਿੱਚ ਯਾਦ ਰੱਖਿਓ, ਅਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰੋ, ਅਤੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ, ਤਾਂ ਕਿ ਮੈਂ ਕੋਈ ਵੀ ਵੀਡੀਓ ਅਪਲੋਡ ਕਰਾਂ ਅਤੇ ਤੁਹਾਡੇ ਤੱਕ ਪਹੁੰਚ ਜਾਏ। ਥੈਂਕ ਯੂ ਜੀ, ਅੱਲਾ ਹਾਫਿਜ਼। ਜੀ ਅਤੇ ਹਾਂਜੀ, ਮੈਂ ਛੋਟਾ ਜਿਹਾ ਇੱਕ ਕਲਿੱਪ ਹੋਰ ਥੋੜ੍ਹਾ ਜਿਹਾ ਐਡ ਕਰ ਰਿਹਾ ਬਾਹਰ ਨਿਕਲਣ ਵੇਲੇ, ਕਿ ਤੁਹਾਨੂੰ ਇੱਧਰ ਵੀ ਥੋੜ੍ਹਾ ਜਿਹਾ ਵਿਊ ਉਹਦਾ, ਜਿਹੜੀ ਉਹਨਾਂ ਨੇ ਕਾਫੀ ਸ਼ਾਪ ਬਣਾਈ ਦੀ ਉਹਦਾ ਥੋੜ੍ਹਾ ਨਜ਼ਰ ਆ ਜਾਏ। ਅਤੇ ਇਸ ਕਰਕੇ ਮੈਂ ਇਸ ਸਾਈਡ ਤੋਂ ਵੀ ਮੈਂ ਜਦੋਂ ਬਾਹਰ ਨਿਕਲਾਂ ਤੁਹਾਨੂੰ ਦਿਖਾ ਦਾਂ। ਇਹ ਦੇਖੋ ਜੀ ਸਰ, ਇਹ ਵਾਲੀ ਕੈਰਾਵੈਨ ਜਿਹਾ ਜਿਹੜੀ ਲੈਫਟ ਸਾਈਡ 'ਤੇ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਕੈਰਾਵੈਨ ਉਹਨਾਂ ਨੇ ਬਣਾਈ ਦੀ ਆ, ਨਾਲ ਟਰੱਕ ਵਗੈਰਾ ਰੱਖਿਆ ਜਿਹਦੇ ਨਾਲ ਉਹ ਮੂਵ ਸ਼ੂਫ ਕਰ ਲੈਂਦੇ ਨੇ, ਅਤੇ ਅੱਗੋਂ ਇਹਨੂੰ ਲੈ ਜਾਂਦੇ ਨੇ ਆਪਣੀ ਮੰਜ਼ਿਲ 'ਤੇ ਜਿੱਥੇ ਵੀ ਉਹਨਾਂ ਨੇ ਜਾਣਾ ਹੋਏ। ਅਤੇ ਇਹ ਤਾਂ ਸਾਰਾ ਵਿਊ ਸੀ, ਅਤੇ ਦੁਆ ਵਿੱਚ ਯਾਦ ਰੱਖੋ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਪਲੀਜ਼ ਲਾਈਕ ਅਤੇ ਸ਼ੇਅਰ ਕਰਿਓ। ਥੈਂਕ ਯੂ ਜੀ, ਅੱਲਾ ਹਾਫਿਜ਼।